ਦੇਖੋ ਅਸੀਂ ਬੜੇ ਲੰਬੇ ਸਮੇਂ ਤੋਂ ਅਲਾਇੰਸ ਕਰਦੇ ਆਏ ਹਾਂ ਔਰ ਮੇਰਾ ਖਿਆਲ ਹੈ ਕਿ ਸੰਨ 96 ਤੋਂ ਲੈ ਕੇ ਆਲਮੋਸਟ 30 ਸਾਲ ਹੋ ਗਏ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਸੀਂ ਸਰਕਾਰ ਕੋਲੋਂ ਬਹੁਤ ਸਾਰੇ ਜੋ ਸਾਡੇ ਹੱਕ ਸੀਗੇ ਜੋ ਸਾਡੇ ਹਿੱਸਾ ਬਣਦਾ ਸੀਗਾ ਉਹ ਅਸੀਂ ਉੱਥੋਂ ਰਕਮਾਂ ਵੀ ਆਉਂਦੀਆਂ ਪੈਸੇ ਵੀ ਲਿਆਂਦੇ ਔਰ ਇੱਥੇ ਆ ਕੇ ਕੰਮ ਵੀ ਕੀਤੇ ਇਹ 'ਚ ਕੋਈ ਸ਼ੱਕ ਨਹੀਂ। ਜਦੋਂ 84 ਦਾ ਕਤਲੇਆਮ ਹੋਇਆ ਉਹਦੀਆਂ ਫਾਈਲਾਂ ਬੰਦ ਪਈਆਂ ਹੋਈਆਂ ਸਨ ਉਹ ਫਾਈਲਾਂ ਵੀ ਖੁਲਵਾਈਆਂ ਅਤੇ ਸੱਜਣ ਵਰਗੇ ਜਿਹੜਾ ਸੱਜਣ ਵਰਗੇ ਉਹਨਾਂ ਨੂੰ ਸਾਰੀਆਂ ਸਜ਼ਾਵਾਂ ਵੀ ਦੋਈਆਂ ਪਰ ਬਹੁਤ ਸਾਰੇ ਸਾਡੇ ਮਸਲੇ ਐਸੇ ਹੈ ਜਿਹੜੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ। ਇਹ ਸਾਰੇ ਲੋਕਾਂ ਦੇ ਮਨ ਵਿੱਚ ਰੋਹ ਹੈ ਪੰਜਾਬੀਆਂ ਦੇ ਕਿ ਉਹ ਮਸਲੇ ਹੱਲ ਕਰਨੇ ਚਾਹੀਦੇ ਸੀ। ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਜਦੋਂ ਸਾਡੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਸੀ ਉਹਦਾ ਕਾਰਨ ਕੀ ਸੀ? ਕਿਸਾਨਾਂ ਨਾਲ ਹੋ ਰਿਹਾ ਧੱਕਾ, ਕਿਸਾਨਾਂ ਦੀਆਂ ਨਾ ਮੰਨਣ ਯੋਗ ਮੰਗਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਉਹਦੀ ਪਹਿਰੇਦਾਰੀ ਨਹੀਂ ਕੀਤੀ ਅਤੇ ਉਸ ਵੇਲੇ ਅਸੀਂ ਸਰਕਾਰ ਵੀ ਛੱਡੀ, ਉਸ ਵੇਲੇ ਅਸੀਂ ਅਸਤੀਫੇ ਵੀ ਦਿੱਤੇ ਔਰ ਇੱਥੋਂ ਤੱਕ ਕਿ ਸਾਂਝ ਵੀ ਤੋੜ ਲਈ। ਸਾਂਝ ਕਿਹਨਾਂ ਕਾਰਨਾਂ ਕਰਕੇ ਤੋੜੀ ਸੀ? ਕਿਉਂਕਿ ਲੰਬੇ ਜਿਹੜੇ ਮਸਲੇ ਸਾਡੇ ਜਿੱਦਾਂ ਪਾਣੀਆਂ ਵਰਗੇ ਮਸਲੇ, ਚੰਡੀਗੜ੍ਹ ਪੰਜਾਬ ਦਾ ਮਸਲਾ, ਅੱਜ ਤੱਕ ਮੇਰੇ ਖਿਆਲ ਅਸੀਂ ਛੋਟੇ ਛੋਟੇ ਹੀ ਸੀ, ਤੁਸੀਂ ਤਾਂ ਜਨਮ ਹੀ ਲਿਆ ਹੋਇਆ ਕੁਝ ਲੋਕਾਂ ਜਿਹੜੇ ਆਪਾਂ ਬੈਠੇ ਨੌਜਵਾਨ, ਲੇਕਿਨ ਅਸੀਂ ਵੀ ਛੋਟੇ ਛੋਟੇ ਸੀ ਜਦੋਂ ਇੱਕ ਨਾਅਰੇ ਲੱਗਦੇ ਹੁੰਦੇ ਸੀ ਗਲੀਆਂ ਵਿੱਚ ਵੀ, ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਕਿਉਂਕਿ ਪੰਜਾਬ ਦੀ ਧਰਤੀ 'ਤੇ ਬਣਿਆ ਹੋਇਆ ਸੀ। ਇਸ ਪੰਜਾਬ ਨੂੰ ਪਹਿਲਾਂ ਤਾਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ, ਅੱਧਾ ਉੱਧਰ ਰਹਿ ਗਿਆ ਅੱਧਾ ਇੱਧਰ ਰਹਿ ਗਿਆ, ਇਹ ਸਮਝੋ ਇੱਕ ਧੜ ਦੇ ਦੋ ਟੋਟੇ ਹੋ ਗਏ। ਫਿਰ ਇਸ ਤੋਂ ਵੀ ਅੱਗੇ ਆ ਕੇ ਚਾਰ ਹਿੱਸੇ ਹੋ ਗਏ। ਫਿਰ ਚੰਡੀਗੜ੍ਹ ਜਿਹੜਾ ਸੀਗਾ ਉਹ ਪੰਜਾਬ ਦੀ ਧਰਤੀ ਉੱਤੇ ਬਣਿਆ ਹੋਇਆ ਅਤੇ ਪੰਜਾਬ ਦੀ ਹੀ ਰਾਜਧਾਨੀ ਇੱਕੋ ਹੀ ਸਾਡੀ ਬਦਕਿਸਮਤੀ ਹੈ ਕਿ ਐਡੀ ਵੱਡੀ ਸਟੇਟ ਜਿਸ ਦੀਆਂ ਕੁਰਬਾਨੀਆਂ ਦਾ ਅੰਤ ਨਾ ਹੋਵੇ, ਜਿਸ ਨੇ ਆਜ਼ਾਦੀ ਦੇ ਸਮੇਂ 'ਤੇ ਵੀ ਕੁਰਬਾਨੀਆਂ ਕੀਤੀਆਂ ਹੋਣ ਔਰ ਜਿਹੜੀ ਕਿ ਬਾਰਡਰਾਂ 'ਤੇ ਬੈਠੀ ਹੋਵੇ, ਇੱਕ ਡਾਹ ਕੇ ਇਸ ਦੇਸ਼ ਦੀ ਰਾਖੀ ਕਰ ਰਹੀ ਹੋਵੇ। ਫੌਜਾਂ ਦੇ ਵਿੱਚ ਵੀ ਅੱਜ ਵੀ ਦੇਖੋ ਤੁਸੀਂ ਬਾਰਡਰਾਂ 'ਤੇ ਖੜ੍ਹੇ ਸਾਡੇ ਨੌਜਵਾਨ ਜਿਹੜੇ ਆ, ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਅੱਗੇ ਲਾਇਆ ਜਾਂਦਾ। ਸੋ ਉਸ ਪੰਜਾਬ ਦੇ ਲੋਕਾਂ ਦੀ ਅਣਖ ਨੂੰ ਕਿੰਨੀ ਸੱਟ ਵੱਜਦੀ ਹੈ ਕਿ ਜਦੋਂ ਉਹ ਇੱਕ ਰਾਜਧਾਨੀ ਤੋਂ ਵੀ ਵਾਂਝੇ ਹੋਣ, ਜਿਹਦੀ ਰਾਜਧਾਨੀ ਵੀ ਅਲੱਗ ਨਹੀਂ, ਦੱਸੋ ਕਿੱਦਾਂ ਪੰਜਾਬ ਦੀਆਂ ਕਿਹੜੀਆਂ ਗੱਲਾਂ ਪੂਰੀਆਂ ਹੋ ਸਕਦੀਆਂ? ਅੱਜ ਬੜੀਆਂ ਐਸੀਆਂ ਗੱਲਾਂ ਸੀ, ਸਾਡੇ ਧਾਰਮਿਕ ਮੁੱਦੇ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 104 ਸਾਲ ਦਾ ਇਤਿਹਾਸ ਹੋ ਗਿਆ, ਕੁਰਬਾਨੀਆਂ ਵਿੱਚੋਂ ਬੜੀਆਂ ਜ਼ੁਲਮ ਚੱਲੇ, ਬੜੀਆਂ ਸ਼ਹੀਦੀਆਂ ਪਾਈਆਂ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਔਰ 1925 ਵਿੱਚ ਇਸਦਾ ਐਕਟ ਬਣ ਗਿਆ। ਉਸ ਐਕਟ ਦੇ ਤਹਿਤ ਅਸੀਂ ਕੰਮ ਕਰਦੇ ਆ ਰਹੇ ਹਾਂ ਔਰ ਇਹ ਵੀ ਗੱਲ ਹੈ ਕਿ ਜਦ ਤੱਕ 1966 ਤੱਕ ਇਹ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ 5 ਸਾਲ ਬਾਅਦ ਚੋਣ ਹੁੰਦੀ ਰਹੀ ਹੈ, ਲੇਕਿਨ ਜਿਉਂ ਹੀ 1966 ਤੋਂ ਬਾਅਦ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਜਿਹੜਾ ਸੀ ਚਾਰ ਹਿੱਸਿਆਂ 'ਚ ਵੰਡਿਆ ਗਿਆ, ਹਿਮਾਚਲ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ। ਇਹਦੇ 'ਚ ਵੰਡਣ ਕਰਕੇ ਇਹ ਜਿਹੜੀ ਸੀਗੀ ਇਹ ਸੈਂਟਰ ਕੋਲ ਪਾਵਰ ਚੱਲ ਗਈ। ਸੋ ਸੈਂਟਰ ਕੋਲ ਪਾਵਰ ਜਦੋਂ ਦੀ ਗਈ ਹੈ, ਕਦੀ 18 ਸਾਲ ਬਾਅਦ, ਕਦੀ 12 ਸਾਲ ਬਾਅਦ, ਕਦੀ 19 ਸਾਲ ਬਾਅਦ, ਕਦੀ 17 ਸਾਲ ਬਾਅਦ, ਇਹ ਚੋਣਾਂ ਦਾ ਜਿਹੜਾ ਤਰਤੀਬ ਹੈ ਉਹ ਖਤਮ ਹੋ ਗਈ, ਜਿਹਦੇ ਨਾਲ ਬੜਾ ਵੱਡਾ ਲੌਸ ਹੁੰਦਾ। ਕਿਉਂਕਿ ਜਦੋਂ ਲੰਬਾ ਸਮਾਂ ਕੋਈ ਕਮੇਟੀ ਚੱਲਦੀ ਹੈ ਨਾ, ਉਹਦੇ ਵਿੱਚ ਕਈ ਮੌਤਾਂ ਵੀ ਹੋ ਜਾਂਦੀਆਂ, ਕਈ ਬਜ਼ੁਰਗ ਵੀ ਹੋ ਜਾਂਦੇ ਆ, ਫਿਰ ਐਫੀਸ਼ੈਂਟਲੀ ਕੰਮ ਕਰਨਾ ਕਈ ਵਾਰੀ ਔਖਾ ਵੀ ਹੋ ਜਾਂਦਾ ਅਤੇ ਲੋਕ ਵੀ ਜਿਹੜਾ ਮਹਿਸੂਸ ਕਰਦੇ ਆ ਕਿ 5 ਸਾਲ ਬਾਅਦ ਚੋਣ ਹੋਣੀ ਚਾਹੀਦੀ ਹੈ ਤਾਂ ਜੋ ਇਸ ਦਾ ਸਿਸਟਮ ਜਿਹੜਾ ਉਹ ਠੀਕ ਚੱਲਦਾ ਰਹੇ। ਇੱਕ ਤਾਂ ਇਸ ਗੱਲ ਦੇ ਉੱਤੇ ਬੜੀ ਵਾਰੀ ਕਹਿ ਚੁੱਕੇ ਹਾਂ ਲੇਕਿਨ ਉਹ ਅਜੇ ਤੱਕ ਕੋਈ ਫਾਇਦਾ ਨਹੀਂ ਹੋਇਆ। ਇੱਥੋਂ ਤੱਕ ਕਿ ਇਹ ਕਰਨ ਦੀ ਬਜਾਏ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਿਨਾਂ ਨੋਟੀਫਾਈ ਕੀਤਿਆਂ ਉਸਦੇ ਕੌਂਸਟੀਟਿਊਸ਼ਨ ਸਾਡੇ ਬਿਨਾਂ ਸਾਡੇ ਕੌਂਸਟੀਚੁਐਂਸੀਜ਼ ਉੱਥੇ ਇਸ ਵੇਲੇ ਕੰਮ ਕਰ ਰਹੀਆਂ, ਸਾਡੇ ਮੈਂਬਰ ਕੰਮ ਕਰ ਰਹੇ ਆ, ਉਹਨਾਂ ਨੂੰ ਕੋਈ ਡੀ ਨੋਟੀਫਾਈ ਨਹੀਂ ਕੀਤਾ ਗਿਆ, ਕੋਈ ਐਕਟ ਦੀ ਡੀ ਨੋਟੀਫਿਕੇਸ਼ਨ ਨਹੀਂ ਹੋਈ, ਡੀ ਨੋਟੀਫਾਈ ਨਹੀਂ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਜੇ ਦੇਖੀਆਂ ਤਾਂ ਅੱਜ ਹਰਿਆਣਾ ਕਮੇਟੀ ਕੇਵਲ ਅਤੇ ਕੇਵਲ ਇੱਕ ਸਰਕਾਰ ਨੇ ਆਪ ਹੀ ਮੁੱਖ ਮੰਤਰੀ ਦੇ ਦਫ਼ਤਰ 'ਚ ਬੈਠ ਕੇ 41 ਮੈਂਬਰਾਂ ਦਾ ਉੱਥੇ ਨੋਮੀਨੇਸ਼ਨ ਕਰ। ਹੁਣ ਤੁਸੀਂ ਇਹ ਦੱਸੋ ਕਿ ਜੇ ਸਿੱਧੀ ਸਰਕਾਰ ਨੋਮੀਨੇਸ਼ਨ ਕਰੇਗੀ ਤਾਂ ਇਹ ਸਿੱਧੀ ਦਖਲਅੰਦਾਜ਼ੀ ਨਹੀਂ? ਇਸ ਗੱਲ ਦਾ ਵੀ ਸਾਨੂੰ ਦਰਦ ਹੈ। ਜੇ ਅਸੀਂ ਦੇਖ ਲਈਏ ਹਜ਼ੂਰ ਸਾਹਿਬ ਨੰਦੇੜ ਸਾਹਿਬ ਤਖ਼ਤ ਦੇ ਉੱਤੇ, ਉੱਥੇ ਵੀ ਇਹਨਾਂ ਸਾਰਾ ਹੀ ਜਿਹੜਾ ਕਾਨੂੰਨ ਸੀ ਉਹ ਸਭ ਨਿਜ਼ਮਾਂ ਨੂੰ ਕਰ ਦਿੱਤੇ ਕਿ 12 ਜਿਹੜੇ ਆ ਉਹ ਨੋਮੀਨੇਟ ਕੀਤੇ ਜਾਣਗੇ ਸਰਕਾਰ ਵੱਲੋਂ। ਕਿਉਂ ਸਿੱਖ ਕੌਮ 'ਚ ਚੁਣ ਕੇ ਕਿਉਂ ਨਹੀਂ ਆ ਸਕਦੇ? ਜਾਂ ਪਹਿਲਾਂ ਜਿਹੜਾ ਸਿਸਟਮ ਬਣਿਆ ਸੀ ਉਹ ਕਿਉਂ ਨਹੀਂ ਹੋ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ 4 ਨੁਮਾਇੰਦੇ ਜਾਂਦੇ ਸੀ, ਚੀਫ ਖਾਲਸਾ ਦੀਵਾਨ 'ਚੋਂ 1 ਨੁਮਾਇੰਦਾ ਜਾਂਦਾ ਸੀ, 2 ਸਾਡੇ ਮੈਂਬਰ ਪਾਰਲੀਮੈਂਟ ਹੁੰਦੇ ਸੀ। ਫਿਰ ਉਹਦੇ 'ਚ ਉਹਦਾ ਕਾਰਨ ਹੁੰਦਾ ਸੀਗਾ ਕਿ ਕੁਝ ਉਹ ਜਿਹੜੇ ਉੱਥੇ ਦੇ ਰਹਿਣ ਵਾਲੇ ਸੀ ਉਹਨਾਂ 'ਚੋਂ 3 ਮੈਂਬਰ ਹੁੰਦੇ ਸੀ, 3 ਹੀ ਚੋਣ ਹੁੰਦੀ ਸੀ। ਉਹਦਾ ਮਤਲਬ ਹੁੰਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਾਂ ਸੰਸਥਾ ਹੈ, ਇੱਕ ਵੱਡੀ ਸੰਸਥਾ ਜਿਹਦਾ ਕਿ ਉੱਥੇ ਚੈੱਕ ਵੀ ਰਹਿੰਦਾ ਸੀ ਅਤੇ ਉਹਨਾਂ ਨੂੰ ਵੀ ਤਾਲਮੇਲ ਬਣਿਆ ਰਹਿੰਦਾ ਸੀ। ਸੋ ਇਹ ਸਾਰੀਆਂ ਗੱਲਾਂ ਖਤਮ ਹੋਣ ਦੇ ਉੱਤੇ ਅੱਜ ਰੋਹ ਹੈ ਹਰ ਸਿੱਖ ਦੇ ਮਨ 'ਚ ਵੀ, ਅਤੇ ਜੇ ਕਿਸਾਨਾਂ ਦਾ ਮਸਲਾ ਹੈਗਾ ਤਾਂ ਕਿਸਾਨਾਂ ਦੇ ਮਸਲੇ ਨੂੰ ਮੇਰੇ ਖਿਆਲ ਇੰਨਾ ਰੋਲਿਆ ਜਾ ਰਿਹਾ ਕਿ ਸਾਡਾ ਅੱਗੇ ਤਾਂ ਦਿੱਲੀ ਦਾ ਬਾਰਡਰ ਜਿਹੜਾ ਬੰਦ ਕਰ ਦਿੱਤਾ ਗਿਆ ਸੀ, ਹੁਣ ਹਰਿਆਣੇ ਵਿੱਚ ਵੀ ਵੜਨਦਾ ਸੀ ਸਾਨੂੰ ਹੱਕ ਨਹੀਂ। ਜੇ ਪਾਕਿਸਤਾਨ ਜਾਣਾ ਹੋਵੇ ਤਾਂ ਉਹਦੇ ਵੀਜ਼ੇ ਲੈਣੇ ਪੈਂਦੇ ਆ, ਲੇਕਿਨ ਇੱਥੇ ਜਿਹੜਾ ਹੈਗਾ ਉਹ ਅਸੀਂ ਅੰਦਰ ਵੜ ਵੀ ਨਹੀਂ ਸਕੇ। ਸੋ ਇਹ ਸਾਰੀਆਂ ਗੱਲਾਂ ਅੱਜ ਬਹੁਤ ਵੱਡਾ ਨੁਕਸਾਨ ਹੋਇਆ ਲੋਕਾਂ ਦੇ ਮਨ 'ਚ, ਬੜਾ ਵੱਡਾ ਦਰਦ ਹੈ, ਬੜਾ ਰੋਹ ਹੈ। ਇਹ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆਂ ਅੱਜ ਮਹਿਸੂਸ ਕੀਤਾ ਕਿ ਜਿਸ ਸਰਕਾਰ ਦੇ ਵਿੱਚ ਅਸੀਂ ਭਾਈਵਾਲੀ ਵੜ ਕੇ ਲਗਾਤਾਰ 30 ਸਾਲ ਦੇ ਲਗਭਗ ਕੰਮ ਕੀਤਾ, ਅਤੇ ਉਹਨਾਂ ਦੇ ਕੋਲੋਂ ਜੇ ਅਸੀਂ ਕਿਤੇ ਇਹਨਾਂ ਹੱਕਾਂ ਦੀ ਗੱਲ ਕੀਤੀ ਹੋਵੇ ਤਾਂ ਅੱਜ ਪੂਰੀ ਤੱਕ ਨਾ ਹੋਵੇ, ਫਿਰ ਕੀ ਫਾਇਦਾ? ਫਿਰ ਤਾਂ ਆਪਾਂ ਪੰਜਾਬ ਦੀ ਧਰਤੀ ਦੀ ਖੁਸ਼ਹਾਲੀ ਵਾਸਤੇ ਆਪਣੀ ਸੇਵਾ ਆਪ ਹੀ ਕਰੀਏ ਅਤੇ ਉਹਨਾਂ ਨੂੰ ਕਹਿ ਦਈਏ ਵੀ ਸਾਡੀਆਂ ਪਹਿਲਾਂ ਆਹ ਮੰਗਾਂ ਨੇ, ਜੇ ਤਾਂ ਉਹ ਮਹਿਸੂਸ ਕਰਦੇ ਹੋਣ ਕਿ ਸੱਚਮੁੱਚ ਹੀ ਅਸੀਂ ਇਹਦੀ ਰਾਖੀ ਕਰ ਸਕਦੇ ਹਾਂ, ਠੀਕ ਹੈ, ਨਹੀਂ ਤਾਂ ਫਿਰ ਕੋਈ ਗੱਲ ਨਹੀਂ, ਚੋਣਾਂ 'ਤੇ ਚੱਲਦੀਆਂ ਰਹਿਣੀਆਂ। ਦਰਵਾਜ਼ਾ ਖੁੱਲ੍ਹਾ ਇਹੋ ਜਿਹੀ ਗੱਲਬਾਤ ਹੋ ਸਕਦੀ ਹੈ? ਨਹੀਂ, ਜੇ ਉਹ ਸਾਰੀਆਂ ਗੱਲਾਂ ਮੰਨਦੇ ਹੋਣ, ਉਹ ਪੂਰੀਆਂ ਕਰ ਦੇਣ, ਫਿਰ ਤਾਂ ਅੱਗੇ ਸੋਚਿਆ ਜਾ ਸਕਦਾ। ਪਰ ਗੱਲ ਇਹ ਹੈ ਕਿ ਜਦੋਂ ਉਹਨਾਂ ਨੂੰ ਇਹ ਗੱਲਾਂ ਹੀ ਨਹੀਂ ਸਾਡੀਆਂ ਪੂਰੀਆਂ ਹੋਣੀਆਂ, ਫਿਰ ਕੀ ਫਾਇਦਾ? Subscribe to One India channel and never miss an update.